ਤੁਸੀਂ ਦੱਸ ਰਿਹਾ ਵੀ ਅਸੀਂ 2010 ਤੋਂ ਜਿਹੜੀ ਇਹ ਸਿਮਰਨ ਨਾਭਾ ਕੰਪੈਨਾਂ ਬਣਾ ਰਹੇ ਹਾਂ, ਬਾਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਦੂਸਰੀਆਂ ਕੰਪੈਨਾਂ ਨਾਲ ਜੋ ਦੇਖਿਆ ਜਾਵੇ ਕੀ ਡਿਫਰੈਂਟ ਆ ਜੀ? ਆਪਣਾ ਦੂਜੀਆਂ ਕੰਪੈਨਾਂ ਨਾਲੋਂ ਬਾਈ ਜੀ, ਇੱਕ ਤਾਂ ਉਹ ਪਾਰਟ ਬਾਹਰੋਂ ਖਰੀਦੀਆਂ ਨੇ ਜ਼ਿਆਦਾਤਰ, ਠੀਕ ਹੈ ਜੀ, ਅਤੇ ਆਪਾਂ ਸਾਰਾ ਪਾਰਟ ਅੰਦਰ ਤਿਆਰ ਕਰਦੇ, ਜਿੰਨਾ ਇਹਦੇ ਵਿੱਚ ਕਾਸਟ ਆਇਰਨ ਅਤੇ ਲੋਹੇ ਦਾ ਜਿੰਨਾ ਪਾਰਟ ਆਪਣੇ ਕੋਲ ਖੁਦ ਇਨ ਹਾਊਸ ਤਿਆਰ ਹੁੰਦਾ ਆ, ਠੀਕ ਹੈ ਜੀ। ਦੂਸਰਾ, ਇਹਦੇ ਵਿੱਚ ਆਪਣੇ ਕੋਲ ਜਿਹੜੇ ਫੀਚਰ ਨੇ ਉਹ ਐਡ ਕਰੇ ਹੋਏ ਨੇ, ਜਿਹੜੇ ਸਮੇਂ ਦੀ ਜ਼ਰੂਰਤ ਆ, ਠੀਕ ਹੈ, ਜੋ ਕਿਸਾਨ ਭਰਾ ਨੂੰ ਜ਼ਰੂਰਤ ਹੈ, ਠੀਕ ਹੈ ਜੀ, ਜਿਵੇਂ ਦੇਖੋ ਬੈਡਰੂਮ ਵਾਸਤੇ ਹੈ ਨਾ। ਉਸ ਤੋਂ ਬਾਅਦ ਪਿੱਛੇ ਜਿਹੜਾ 4x4 ਦੀ ਆਪਾਂ ਨੇ ਫਿਟਿੰਗ ਦਿੱਤੀ ਹੋਈ ਆ, ਅੱਜ ਦਾ ਟਾਈਮ ਇਹੋ ਜਿਹਾ ਦੇਖੋ ਹਰ ਬੰਦਾ 4-wheel ਨੂੰ ਲਾਈਕ ਕਰਦਾ ਆ, ਹਾਂਜੀ ਹਾਂਜੀ, ਤਾਂ ਉਹਦੀ ਆਪਾਂ ਪਹਿਲਾਂ ਹੀ ਇਹਦੇ ਵਿੱਚ ਪ੍ਰੋਵੀਜ਼ਨ ਦਿੱਤੀ ਹੋਈ ਆ ਵੀ ਕੱਲ੍ਹ ਨੂੰ ਤੁਹਾਨੂੰ ਕੱਟ ਵੱਢ ਨਾ ਕਰਨੀ ਪਵੇ, ਠੀਕ ਹੈ। ਇਹ ਜਿਹੜਾ ਮਾਡਲ ਆ ਸਾਡਾ 4x5 ਆ ਜੀ ਇਹ, ਠੀਕ ਹੈ ਜੀ, ਠੀਕ ਹੈ, ਇਹ ਸੈਕਿੰਡ ਸਾਡਾ ਵੇਰੀਅੰਟ ਹੈ, ਠੀਕ ਹੈ। ਇਹਦੋ ਇੱਕ ਪਹਿਲਾ ਮਾਡਲ ਆਉਂਦਾ ਸਾਡਾ ਗੋਲ ਪੂੰਚ, ਠੀਕ ਹੈ, ਉਹਨੂੰ ਵੀ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ। ਮੈਂ ਹੋਰ ਗੱਲ ਦੇਖੀ, ਤੁਹਾਡੀ ਇਸ ਕਮੈਨ ਵਿੱਚ ਜਿਹੜੀ ਸਟਿੱਪਣੀ ਹੈ ਉਹ ਦਿੱਤੀ ਗਈ ਹੈ, ਆਪਣੀ ਲਾਜ਼ਮੀ ਹੈ ਬਾਈ ਜੀ, ਹਾਂਜੀ, ਇਹ ਕਮੈਨ 'ਚ ਨਹੀਂ, ਹਾਂਜੀ, ਜਾਂ ਮੇਲੇ ਵਾਸਤੇ ਨਹੀਂ ਹੈਗਾ, ਠੀਕ ਹੈ ਜੀ, ਆਪਣੀ ਰੈਗੂਲਰ ਹੀ ਹਰ ਕਸਟਮਰ ਨੂੰ ਲਾਜ਼ਮੀ ਹੈ ਇਹ, ਠੀਕ ਹੈ ਜੀ, ਕਿਉਂਕਿ ਲੁਕੋ ਵਾਲਾ ਕੰਮ ਕੋਈ ਨਹੀਂ ਹੈਗਾ, ਹਾਂਜੀ ਹਾਂਜੀ, ਚਾਹੇ ਕਿਸੇ ਕਿਸਾਨ ਭਰਾ ਨੂੰ ਪਤਾ ਜਾਂ ਨਹੀਂ ਪਤਾ ਹੈਗਾ, ਜੇ ਸਟੈਂਡ ਲੱਗਿਆ ਤਾਂ ਤੁਹਾਨੂੰ ਬਿਨਾਂ ਕਹੇ ਸਟਿੱਪਣੀ ਨਾਲ ਮਿਲੂ ਸਾਡੇ ਕਿਨੂੰ, ਤਾਂ 90 ਸਪੇਅਰ ਪਾਰਟ, ਠੀਕ ਹੈ ਜੀ, 90 ਸਪੇਅਰ ਪਾਰਟ ਦੇ ਸਟਿੱਪਣੀ ਨਾਲ ਫ੍ਰੀ ਹੈ ਜੀ, ਠੀਕ ਹੈ ਜੀ। ਬਾਕੀ ਇਹਦੇ ਵਿੱਚ ਆਪਣਾ ਜਿੰਨੇ ਵੀ ਆ ਫੀਚਰ ਜਿਵੇਂ ਐਲੀਵੇਟਰ ਫੋਲਡਿੰਗ ਨੇ ਜੀ, ਠੀਕ ਹੈ ਜੀ, ਠੀਕ ਹੈ, ਆਪਣੀ ਜਿਹੜੀ ਮਸ਼ੀਨ ਦੇ ਵਿੱਚ ਸਟੇਨਲੈਸ ਸਟੀਲ ਹੈ ਜੀ, ਠੀਕ ਹੈ, ਪੇਂਟ ਆਪਣਾ ਖੁਦ ਦਾ ਜਿਹੜਾ ਆਪਣਾ ਆ ਜੀ ਸਿਮਰਨ ਗ੍ਰੀਨ ਆ। ਬਾਕੀ ਕਟਰ ਦੇ ਵਿੱਚ ਫੀਚਰ ਦਿੱਤੇ ਨੇ, ਜਿਵੇਂ ਸਟਿੱਪ ਨੀਚੇ ਪਾਉਣੀ ਪੈਂਦੀ ਸੀ ਇੱਥੇ ਪੈਂਦੀ ਆ, ਹਾਂਜੀ ਹਾਂਜੀ, ਪਲੇਟ ਬੋਡੀ ਅਤੇ ਐਂਗਲ ਬੋਡੀ ਦੇ ਵਿੱਚ ਬਣਿਆ ਹੋਇਆ ਆਪਣਾ ਇਹ, 6 ਪੈਪਾਂ ਦੀ ਰੀਲ ਆ ਜੀ, 16 ਇੰਚ ਦਾ ਫਰੰਟ ਔਗਰ ਆ ਜੀ, ਵੱਡਾ ਫੀਡਰ ਆ ਜੀ, ਕ੍ਰਿਸਟਲ ਹੈੱਡ ਲਾਈਟਾਂ ਨੇ ਇਹਦੇ ਵਿੱਚ ਜੀ, ਜਿਹੜੀਆਂ ਕੋਈ ਨਹੀਂ ਲਾਉਂਦਾ, ਜਿਹੜੀਆਂ ਆਪਾਂ ਕਹਿੰਦੇ ਉਹਨਾਂ ਵੀ ਗੱਡੀਆਂ ਵਾਲੀਆਂ ਲਾਈਟਾਂ ਨੇ, ਇਹ ਉਹ ਲਾਈਟਾਂ ਨੇ ਇੱਕ ਤਰ੍ਹਾਂ ਦੀਆਂ ਪ੍ਰੋਜੈਕਟਰ ਲਾਈਟਾਂ, ਹਾਂਜੀ, ਜਿਨ੍ਹਾਂ ਦਾ ਕਿ ਤੁਸੀਂ ਤੁਹਾਨੂੰ ਐਕਸਟਰਾ ਕੋਈ ਲਾਈਟ ਲਵਾਉਣ ਦੀ ਲੋੜ ਨਹੀਂ, ਇੰਨਾ ਚਾਨਣ ਹੈਗਾ। ਅਤੇ ਹੋਰ ਬਾਈ ਨਾਲ ਕੋਈ ਕੰਟੈਕਟ ਕਰਨਾ, ਬਾਈ ਫੋਨ ਨੰਬਰ ਦੱਸ ਦਿਓ। ਮੇਨ ਗੱਲ ਇਹ ਆ ਬਾਈ ਜੀ, ਆਪਣੇ ਕੋਲ ਆਈਸ਼ਰ ਅਤੇ ਅਸ਼ੋਕ ਲੇਲੈਂਡ ਦੋਨੋਂ ਇੰਜਨਾਂ ਦੇ ਵਿੱਚ ਕੰਬਾਈਨਾਂ ਮਿਲ ਜਾਣਗੀਆਂ, ਠੀਕ ਹੈ ਜੀ, ਜਿਹੜੀ ਆਪਾਂ ਡਿਸਪਲੇ ਤੇ ਦੇਖ ਰਹੇ ਹਾਂ ਇਹ ਹੈਗੀ ਆਈਸ਼ਰ ਇੰਜਨ ਨਾਲ, ਠੀਕ ਹੈ ਜੀ, ਤੁਸੀਂ ਇਹਦਾ ਜੇ ਮੀਟਰ ਚੈੱਕ ਕਰੋਗੇ, ਤੁਸੀਂ ਮੀਟਰ ਦੇਖ ਕੇ ਹੈਰਾਨ ਹੋ ਜਾਓਗੇ, ਠੀਕ ਹੈ ਜੀ, ਤੁਸੀਂ ਕਹੋਗੇ ਏਡਾ ਬੜਾ ਕਾਰ ਮੰਗੂ ਆ ਜੀ, ਕਾਰ ਮੰਗੂ, ਚਾਬੀ ਤੋਂ ਸਟਾਰਟ, ਚਾਬੀ ਤੋਂ ਬੰਦ, ਅਤੇ ਉਹਦੇ ਵਿੱਚ ਸਾਰੇ ਫੀਚਰ ਨੇ। ਲੈ ਵੀ ਮਿੱਤਰੋ, ਜੇ 2 ਦਾ ਪੁਆਇੰਟ ਗੱਲ ਕਰੀਏ, ਤੁਸੀਂ ਇਹ ਕੰਬਾਈਨ ਲੈ ਕੇ ਤੁਸੀਂ ਕਦੇ ਬੋਰ ਨਹੀਂ ਹੋਵੋਗੇ, ਇੱਕ ਤਰ੍ਹਾਂ ਦੀ ਕਾਰ ਵਾਂਗੂ ਡਰਾਈਵ ਕਰੋਗੇ। ਇਹ ਜੇ ਪੈਰ ਵਾਲਾ, ਪੈਰ ਵਾਲੀ ਰੇਸ ਵੀ ਆ ਜੀ, ਹੱਥ ਵਾਲੀ ਰੇਸ ਵੀ ਆ, ਲੈ ਮਿੱਤਰੋ ਇੱਕ ਤਰ੍ਹਾਂ ਦੀ ਕਾਰ ਹੀ ਆ ਇਹ, ਪੈਰ ਵਾਲੀ ਰੇਸ ਵੀ ਦੇ ਦਿੱਤੀ ਆ ਬਾਈਆਂ ਨੇ। ਅਤੇ ਬਾਈਆਂ ਦਾ ਆਪਾਂ ਐਡਰੈਸ ਤੁਹਾਨੂੰ ਦੱਸ ਦਿੰਦੇ ਹਾਂ, ਮੈਨਸ਼ਨ ਕਰ ਦਿਆਂਗੇ, ਕੰਟੈਕਟ ਨੰਬਰ ਹੈ ਜਿਹੜਾ ਉਹ ਚੱਲ ਰਿਹਾ ਹੋਊਗਾ ਲੈਣ 'ਤੇ, ਤੁਸੀਂ ਕਾਲ ਕਰਕੇ ਜਿਹੜੀ ਹੋਰ ਇਨਕੁਆਇਰੀਆਂ ਜਾਣਕਾਰੀਆਂ ਨੇ ਉਹ ਲੈ ਸਕਦੇ ਹੋ। ਅਤੇ ਬਾਕੀ ਬਾਈ ਜੀ ਐਡਰੈਸ ਬੋਲ ਦਿਓ ਇੱਕ ਵਾਰੀ। ਆਪਣਾ ਆਪਣਾ ਜੀ ਨਾਭੇ ਆ ਜੀ, ਆਪਣਾ ਸਿਮਰਨ ਕਮਾਈਨ ਦਾ ਪਲਾਂਟ ਆ ਜੀ, ਨਾਭੇ ਡਿਸਟ੍ਰਿਕਟ ਪਟਿਆਲਾ, ਠੀਕ ਹੈ ਜੀ, ਤੇ ਨਾਭੇ ਆ ਕੇ ਤੁਸੀਂ ਗੂਗਲ ਮੈਪ ਦੇ ਉੱਤੇ ਸਾਨੂੰ ਸਰਚ ਕਰ ਸਕਦੇ ਹੋ ਸਿਮਰਨ ਕਮਾਈਨ, ਠੀਕ ਹੈ ਜੀ, ਧੰਨਵਾਦ ਜੀ। ਜੇ ਕਿਸੇ ਨੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਬਾਈ ਦਾ ਨੰਬਰ ਇੱਕ ਵਾਰੀ ਜ਼ਰੂਰ ਬੋਲ ਦਿਓ ਜੀ ਤੁਸੀਂ। ਨੰਬਰ ਮੇਰਾ ਜੀ 84-375-0-7600, ਠੀਕ ਹੈ ਜੀ, ਨੰਬਰ 'ਤੇ ਤੁਸੀਂ ਕਾਲ ਕਰਕੇ ਜਿਹੜੀ ਹੋਰ ਕੋਈ ਰਹਿੰਦੀ ਜਾਣਕਾਰੀ ਆ ਉਹ ਲੈ ਸਕਦੇ ਹੋ। ਧੰਨਵਾਦ, ਜੁੜੇ ਰਹੋ ਪੇਜ ਦੇ ਨਾਲ।